ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਸਿੰਘਾਂ ਨੇ ਕਈ ਵਾਰੀ ਕਿਹਾ ਸੀ ਕਿ ਦਸਤਾਰ ਜਿਹੜੀ ਹੈ ਸਿੱਖਣੀ ਹੈ ਤਾਂ ਤੁਸੀਂ ਕੋਈ ਵੀਡੀਓ ਬਣਾ ਦਿਓ, ਅਤੇ ਪਹਿਲਾਂ ਦਮਾਲਾ ਆਪਾਂ ਬੰਨਦੇ ਹਾਂ ਜਿੰਨਾ ਉਹ ਵੇਖਦੇ ਹਾਂ, ਫਿਰ ਜਿਹੜੀ ਦਸਤਾਰ ਦੂਸਰੀ ਲੜਾਂ ਵਾਲੀ ਬੰਨਦੇ ਹਾਂ ਉਹ ਵੀ ਵੇਖ ਲਓ। ਮੈਂ ਇੱਦਾਂ ਕਦੇ ਸਾਹਮਣੇ ਓਪਨ ਪਬਲਿਕਲੀ ਇੱਦਾਂ ਗਿਆ ਤਾਂ ਨਹੀਂ, ਪਰ ਚਲੋ ਸੰਗਤ ਦਾ ਜਿਹੜਾ ਹੁਕਮ ਹੈ ਪਿਆਰ ਵਾਲੇ ਸਿੰਘਾਂ ਦਾ ਮੰਨਦਿਆਂ ਮੈਨੂੰ ਅੱਜ ਮੈਂ ਵੀਡੀਓ ਬਣਾਉਣ ਲੱਗਿਆ। ਸੋ ਪਹਿਲਾਂ ਪਿਆਰਿਓ ਵੀ ਜੇ ਦਮਾਲਾ ਬੰਨਣਾ ਹੈ ਤਾਂ ਜਿਹੜਾ ਜੂੜਾ ਉਹ ਪਿੱਛੇ ਥੋੜ੍ਹਾ ਜਿਹਾ ਕਰਨਾ ਪੈਂਦਾ, ਅਤੇ ਆਹ ਜਿਹੜੇ ਕੇਸ ਝੜੇ ਤੁਸੀਂ ਦੇਖ ਰਹੇ ਹੋ ਨਾ ਸਾਰੇ ਗੰਜ ਪੈ ਰਿਹਾ, ਇਹ ਪਿੱਛੇ ਜੂੜਾ ਕਰਨ ਕਰਕੇ ਹੋਇਆ, ਕਿਉਂਕਿ ਦਮਾਲਾ ਜਦੋਂ ਬੰਨਣਾ ਹੈ ਤਾਂ ਉਹ ਜਿੰਨਾ ਕੁ ਪਿੱਛੇ ਹੋਵੇ ਤਾਂ ਉਹ ਵਧੀਆ ਲੱਗਦਾ। ਹੁਣ ਆਪਾਂ ਦੇਖਦੇ ਹਾਂ ਕੇਸ ਬਾਣ ਤੋਂ ਬਾਅਦ ਜੇ ਵਾਲ ਕੇਸ ਛੋਟੇ ਆ ਤਾਂ ਥੋੜ੍ਹਾ ਜਿਹਾ ਉਹਨੂੰ ਇੱਦਾਂ ਕੰਘੇ ਨਾਲ ਡੋਰੀ ਰੱਖ ਲਓ ਤਾਂ ਜੋ ਕੇਸ ਢਿੱਲੇ ਨਾ ਹੋਣ। ਤਾਂ 4 ਮੀਟਰ ਦੀ ਦਸਤਾਰ ਜਿਹੜੀ ਆਪਾਂ ਥੱਲੇ ਬੰਨਦੇ ਹਾਂ ਇਹਨੂੰ ਇੱਦਾਂ ਕਰ ਲਓ, ਇਸ ਤਰੀਕੇ ਤੋਂ ਇਹਨੂੰ ਇੱਦਾਂ ਰੱਖ ਕੇ ਅਤੇ ਇੱਦਾਂ ਇੱਥੇ ਘੁਮਾ ਲਓ ਜੂੜੇ ਦੇ, ਕਿਉਂਕਿ ਫਿਰ ਖਿੱਚ ਖੁੱਲ੍ਹੇਗੀ ਨਹੀਂ। ਇਸ ਤਰ੍ਹਾਂ ਕਰੋ ਅਤੇ ਇੱਕ ਵਾਰ ਪੂਰਾ ਲੜ ਘੁਮਾਓ, ਫਿਰ ਤੁਸੀਂ ਜੂੜੇ ਦੇ ਆਲੇ ਦੁਆਲੇ ਲੜ ਲਓ। ਚੰਗੀ ਤਰ੍ਹਾਂ ਸਮਝੋ ਆਹ ਜਿਹੜਾ ਨਾ ਜਿਹੜੀ ਆ ਕੰਨੀ ਹੈ ਆਹ ਨਾ ਭੁੱਲੋ, ਆਹ ਦੁਬਾਰਾ ਦੇਖੋ ਇੱਦਾਂ, ਇਹਨੂੰ ਇੱਦਾਂ ਕਰ ਲਓ, ਫਿਰ ਇਹਨੂੰ ਇੱਥੋਂ ਰੱਖ ਕੇ ਇਹਨੂੰ ਆਲੇ ਦੁਆਲੇ ਘੁਮਾਉਣਾ ਇੱਥੇ ਤਾਂ ਜੋ ਇਹ ਢਿੱਲਾ ਨਾ ਹੋਵੇ। ਇੱਥੇ ਹੱਥ ਰੱਖ ਕੇ ਇੱਕ ਲੜੀ ਇੱਕ ਲੜ ਲਾਉਣ ਤੋਂ ਬਾਅਦ ਬਾਕੀ ਦੇ ਸਾਰੇ ਲੜ ਜੂੜੇ ਦੇ ਆਲੇ ਦੁਆਲੇ ਘੁਮਾਉਣੇ ਨੇ ਉੱਪਰ ਹੀ ਤਾਂ ਜੋ ਦਮਾਲੇ ਦੀ ਸ਼ੇਪ ਆ ਸਕੇ। ਉੱਪਰ ਹੀ ਲੜ ਲੱਗ ਰਹੇ ਨੇ ਨਾ ਸਾਰੇ, ਇੱਕ ਹੋਰ ਲਾ ਲਈਏ ਇੱਦਾਂ, ਫਿਰ ਉੱਪਰਲਾ ਪਾਸਾ ਕਰਨ ਵਾਸਤੇ ਤੁਸੀਂ ਇੱਦਾਂ ਇਕੱਠਾ ਕਰੋ ਅਤੇ ਇੱਕ ਲੜ ਇੱਦਾਂ ਜੋੜ ਕੇ ਇਕੱਠਾ ਕਰਕੇ ਇੱਕ ਲੜ ਨੂੰ ਆਪਾਂ ਆਹ ਥਾਂ ਉੱਪਰ ਵਾਲਾ ਜਿਹੜਾ ਕਵਰ ਕਰੋ ਇਸ ਤਰ੍ਹਾਂ, ਫਿਰ ਆਹ ਜਿਹੜਾ ਲੜ ਹੈ ਲਾਸਟ ਵਾਲਾ ਆਹ ਥਾਂ ਇੱਥੇ ਲਾਓ ਅਤੇ ਇਹਨੂੰ ਇੱਦਾਂ ਬੰਦ ਕਰੋ। ਜਿਹੜੀ ਤੁਹਾਡੇ ਦਮਾਲੇ ਦੀ ਸ਼ੇਪ ਹੈ ਉਹ ਕੇਸਕੀ ਨਾਲ ਹੀ ਆਉਂਦੀ, ਕੇਸਕੀ ਦੀ ਸ਼ੇਪ ਨਾਲ ਹੀ, ਕਿਉਂਕਿ ਸ਼ੇਪ ਦੇਖੋ ਇੱਦਾਂ ਬਣ ਗਈ ਆਪਣੇ ਆਪ ਹੀ ਲੱਗਦਾ ਵੀ ਦਮਾਲਾ ਸੱਚ। 4 ਮੀਟਰ ਦੀ ਆਪਾਂ ਕੇਸਕੀ ਥੱਲੇ ਬੰਨੀ ਅਤੇ ਆਹ ਵਾਲੀ ਜਿਹੜੀ ਹੈ ਇਹ ਤਕਰੀਬਨ 9 ਮੀਟਰ ਦਾ ਦਮਾਲਾ ਇੱਦਾਂ ਕਰਕੇ ਪਹਿਲਾਂ ਲੜ ਲਾਓ। ਹੋ ਗਿਆ, ਫਿਰ ਆਪਾਂ ਇੱਕ ਲੜ ਲਾਉਣਾ, ਹੁਣ ਆਪਾਂ ਇੱਥੋਂ ਪਿੱਛੇ ਤੋਂ ਆਉਣਾ ਇੱਦਾਂ ਇਸ ਤਰੀਕੇ ਇੱਦਾਂ ਸਜਾਓ ਕਾਟੀ ਪੈ ਗਈ ਨਾ। ਉਸ ਤੋਂ ਬਾਅਦ ਫਿਰ ਇੱਕ ਇੱਕ ਲੜ ਹੋਰ ਲਾ ਤਾਂ ਜੋ ਆ ਜਿਹੜੀ ਗੱਲ ਹੈ ਇੱਥੇ ਇੱਕ ਵੀ ਲੱਗ ਸਕਦਾ ਜਿਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ, ਪਰ ਦੋ ਨਾਲ ਫਿਰ ਪ੍ਰੋਪਰ ਸੈੱਟ ਹੋ ਜਾਏਗਾ। ਇਸ ਤਰ੍ਹਾਂ ਦੋ ਹੋ ਗਏ, ਇੱਕ ਹੋਰ ਹੋ ਗਿਆ, ਇੱਕ ਲੜ ਲਾਓ। ਠੀਕ ਹੈ ਜੀ,
ਹੁਣ ਆ ਦੇਖੋ, ਇੱਥੇ ਉੱਪਰ ਤੋਂ ਇੱਕ ਲੜ ਲੈ ਕੇ ਆਓ, ਇੱਦਾਂ ਇਹਨੂੰ ਇਸ ਤਰ੍ਹਾਂ ਲਾ ਲਓ, ਉੱਪਰੋਂ ਇੱਦਾਂ ਲਿਆ ਕੇ ਇੱਦਾਂ ਕਮਾ ਲੈਣਾ। ਉਸ ਤੋਂ ਬਾਅਦ ਫਿਰ ਉੱਪਰੋਂ ਪਿੱਛੇ ਲੜ ਥੱਲੇ ਆਈ ਜਾਣਗੇ, ਅੱਗੇ ਵਾਲੇ ਉੱਪਰ ਜਾਈ ਜਾਣਗੇ। ਇਸ ਤਰ੍ਹਾਂ ਆ ਦੇਖੋ, ਆਹ ਕਿਨਾਰੀਆਂ ਇੱਦਾਂ ਇੱਦਾਂ ਬਣਾ ਲੈਣੀ ਹੋ ਗਿਆ। ਤੇ ਹੋ ਗਿਆ, ਆਪਾਂ ਫਰੰਟ ਤੇ ਇੱਕ ਲੜ ਲਾਇਆ, ਫਿਰ ਦੋ, ਫਿਰ ਤਿੰਨ, ਤਿੰਨ ਹੋ ਗਏ ਅੱਗੇ ਲੜ। ਤੇ ਚੌਥਾ ਲੜ ਲਾਇਆ ਇੱਦਾਂ ਉੱਪਰ, ਇਸ ਤਰ੍ਹਾਂ, ਠੀਕ। ਤੇ ਦੋ ਲੜ ਆਪਾਂ ਉੱਪਰ ਲਾ ਦੇਣੇ ਆ ਬਸ, ਕਿਉਂਕਿ ਜਿਹੜੀ ਸ਼ੇਪ ਆਉਣੀ ਸੀ ਉਹਦੀ ਗੁਲਾਈ ਆ ਗਈ। ਹੁਣ ਦੋ ਲੜ ਆਪਾਂ ਇੱਦਾਂ ਇਹਨੂੰ ਕਵਰ ਕਰਨ ਵਾਸਤੇ ਵੀ ਉੱਪਰ ਥਾਂ ਉਹਨੂੰ ਕਰ ਦੇਣਾ। ਟੋਟਲ ਲੜ ਇੱਕ, ਦੋ, ਤਿੰਨ, ਚਾਰ, ਤੇ ਆ ਪੰਜਵਾਂ ਲੜ, ਤੇ ਆ ਲਾਸਟ ਛੇਵਾਂ ਲੜ, 9 ਮੀਟਰ ਦਾ ਦਮਲਾ। ਤੇ ਇਸ ਤਰ੍ਹਾਂ ਇੰਨਾ ਹੀ ਕੰਮ, 9 ਮੀਟਰ ਦਾ ਦਮਾਲਾ ਉੱਪਰ ਵਾਲਾ ਤੇ 4 ਮੀਟਰ ਦੀ ਪੇਸਕੀ ਥੱਲੇ ਵਾਲਾ, ਤੇ ਜਿਹੜਾ ਜੂੜਾ ਥੋੜ੍ਹਾ ਜਿਹਾ ਵਿਚਾਲੇ ਦੀ ਥੋੜ੍ਹਾ ਜਿਹਾ ਪਿੱਛੇ ਕਰਨਾ। ਤੇ ਜੇ ਚਾਹੋ ਤਾਂ ਤੁਸੀਂ ਅੰਡਾ ਵਗੈਰਾ ਜੋ ਲਾਉਣਾ ਹੁੰਦਾ, ਜਿੱਦਾਂ ਵੀਰਾਂ ਦਾ ਮਨ ਹੁੰਦਾ, ਉਹ ਲਾ ਸਕਦੇ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਦਮਾਲਾ ਵੇਖਿਆ ਨਾ ਬੰਨਦੇ ਹਾਂ, ਅਤੇ ਹੁਣ ਦੂਸਰੀ ਦਸਤਾਰ ਜਿਹੜੀ ਲੜਾਂ ਵਾਲੀ ਜਿਹਨੂੰ ਕਹਿੰਦੇ ਹਾਂ, ਉਹ ਦਸਤਾਰ ਆਪਾਂ ਸਜਾਉਂਦੇ ਹਾਂ। ਸੋ ਜਿਹੜੇ ਵੀਰ ਦੇਖਣਾ ਚਾਹੁੰਦੇ ਆ, ਵੀਰ ਦੇਖ ਲੈਣ ਚੰਗੀ ਤਰ੍ਹਾਂ। ਇਸ ਮੇਰੇ ਨੰਗਿਆਂ ਵਾਲੀ ਫੋਟੋ ਆਈ ਹੈ, ਅਤੇ ਮੇਰੇ ਵਿਰੋਧੀਆਂ ਨੇ ਲੱਭਣੀ ਹੈ ਮੇਰੀ ਫੋਟੋ ਇੱਦਾਂ ਦੀ, ਤਾਂ ਜੋ ਐਡਿਟ ਕਰ ਸਕਣ, ਕੱਟ ਸਕਣ। ਜਿਵੇਂ ਜੇਲ੍ਹ ਵਿੱਚ ਖਿਲਾ ਰਿਹਾ ਸੀ ਨਾ ਉਹ ਕੁਰਾਲੀ ਵਾਲੇ ਬਾਬੇ ਨੂੰ, ਜਿਹੜਾ ਕਿਸੇ ਚੱਕਰ 'ਚ ਫਸਿਆ ਸੀ ਅਮਰੀਕਾ, ਬਲਵਿੰਦਰ ਸਿੰਘ ਕੁਰਾਲੀ ਵਾਲਾ, ਅਤੇ ਉਹਦੀ ਇੱਦਾਂ ਦੀ ਵੀਡੀਓ ਆਈ ਸੀ, ਉਹਦੀ ਜੂੜੇ ਦੀ ਫੋਟੋ ਸੀ। ਉਹ ਤਾਂ ਸੀ ਜੇਲ੍ਹ ਵਿੱਚ ਜਦੋਂ ਲੈ ਕੇ ਜਾਂਦੇ ਆ ਨਾ, ਉਹ ਟੇਢੇ ਡਿੰਗੇ ਕਰਕੇ ਬੋਝ ਬਣਾਉਂਦੇ ਆ। ਮੇਰੇ ਵਿਰੋਧੀਆਂ ਨੇ, ਮੈਨੂੰ ਪਤਾ ਵੀ ਮਸਾਂ ਉਹਨਾਂ ਨੂੰ ਇੱਦਾਂ ਦੀ ਮੇਰੀ ਨੰਗੇ ਸਿਰ ਵਾਲੀ ਫੋਟੋ ਲੱਭਣੀ ਹੈ, ਕਈ ਕੁਛ ਉਹਨਾਂ ਨੇ ਬਣਾਉਣਾ ਹੈ। ਪਰ ਚਲੋ ਕੋਈ ਨਹੀਂ, ਉਹ ਆਪਣਾ ਕੰਮ ਕਰ ਲੈਣਗੇ। ਪਰ ਮੇਰੇ ਵੀ ਕਈ ਜਿਹੜੇ ਦਸਤਾਰ ਦੇਖਣੀ ਚਾਹੁੰਦੇ ਆ, ਹਾਂਜੀ, ਇੱਦਾਂ ਜੂੜੇ ਨੂੰ ਕੱਸਣ ਵਾਸਤੇ ਨਾ ਦੋਰੀ ਪਾਈ ਹੋਵੇ ਕੰਘੇ 'ਤੇ, ਥੋੜ੍ਹਾ ਜਿਹਾ ਸੌਖਾ ਰਹਿੰਦਾ। ਅਤੇ ਬਾਕੀ 4 ਮੀਟਰ ਦੀ ਕੇਸਕੀ ਜਿਹੜੀ ਆਪਾਂ ਉਸ 'ਚ ਪਹਿਲਾਂ ਵੀ ਬੰਨੀ ਸੀ, ਇਹੀ 4 ਮੀਟਰ ਦੀ ਕੇਸਕੀ ਇੱਦਾਂ ਹੀ ਬੰਨੀ ਇਸ ਤਰੀਕੇ 'ਤੇ, ਇੱਦਾਂ ਕਰ ਲਓ। ਫਿਰ ਇਹਨੂੰ ਇਹ ਜੂੜਾ ਥੋੜ੍ਹਾ ਜਿਹਾ ਪਿੱਛੇ, ਜ਼ਿਆਦਾ ਪਿੱਛੇ ਨਹੀਂ ਕਰਨਾ, ਦਮਾਲੇ ਵਾਲਾ ਜ਼ਿਆਦਾ ਪਿੱਛੇ ਕਰਨਾ ਜੂੜਾ, ਇਹਨੂੰ ਥੋੜ੍ਹਾ ਜਿਹਾ ਉੱਪਰ ਰੱਖੋ। 4 ਮੀਟਰ ਦੀ ਕੇਸਕੀ ਇਸ ਤਰ੍ਹਾਂ ਲੜ ਲਾਓ, ਜ਼ਿਆਦਾ ਪੋਲੇ ਲਾਇਓ ਕਿਸੇ ਉਹਨਾਂ ਬਹੁਤੇ, ਇੱਦਾਂ ਕਰਕੇ ਫਿਰ ਜੂੜੇ 'ਤੇ ਇੱਕ ਲੜ ਸਿੱਧਾ ਲਾ ਕੇ ਫਿਰ ਬਾਕੀ ਦੇ ਜੂੜੇ ਉੱਤੇ ਹੀ ਲਾ ਲਓ। ਇੱਕ ਇੱਦਾਂ ਲੱਗ ਗਿਆ, ਦੋ, ਚਾਰ, ਫਿਰ ਇਸ ਤਰ੍ਹਾਂ ਇੱਕ ਲੜ ਨੂੰ ਉੱਤੋਂ ਦੀ ਇੱਦਾਂ ਲਾ ਲਓ, ਹੋ ਗਿਆ ਜੀ।
ਦੇਖੋ ਹੁਣ ਆਹ ਲੜ ਲੈ ਜਿਹੜਾ ਗਠੀਆ ਇਹਨੂੰ ਇੱਥੇ ਲਾਉਣਾ ਇੱਥੇ ਉਦੋਂ ਬਾਅਦ 50 ਲੱਗੇਗੀ ਬਲੈਕ 50 ਲਾ ਦਿੱਤਾ ਮੈਂ ਕਿਉਂਕਿ ਦਸਤਾਰ ਜਿਹੜੀ ਬੰਨਣੀ ਹੈ ਕੇਸਰੀ ਬੰਨਣੀ ਹੈ ਇਹ ਇਸ ਤਰ੍ਹਾਂ ਗਿਆ ਜੀ ਤੇ ਜਿਹੜੀ ਦਸਤਾਰ ਹੈ ਉਹਦਾ ਦੇਖੋ ਇਹਨੂੰ ਇੱਦਾਂ ਤਹਿ ਲਾਉਣਾ ਦਸਤਾਰ ਪਹਿਲਾਂ ਤਾਂ ਵੱਡੀ ਦਸਤਾਰ ਨੂੰ ਇੱਦਾਂ ਛੋਟਾ ਅੱਧ ਚੋਂ ਵੱਡੀ ਜਿਹੜੀ ਦਸਤਾਰ ਹੁੰਦੀ ਆਮ ਬੰਨਦੇ ਹਾਂ ਆਪਾਂ ਸਾਰੇ ਪੱਗ ਉਹਨੂੰ ਅੱਧੀ ਕਰ ਲੈਣਾ ਲੰਬੀ ਪਾੜ ਲੈਣੀ ਸਿੱਧੀ ਅੱਧ ਚੋਂ ਉਹਨੂੰ ਕਰ ਲੈਣਾ ਹੈ 9 ਮੀਟਰ ਕਰਕੇ ਇੱਦਾਂ ਫਿਰ ਉਹਨੂੰ ਤਹਿ ਲਾਉਣਾ ਤਹਿ ਲਾ ਕੇ ਅਤੇ 4 ਤਹਿਆਂ ਲਾ ਕੇ ਇੱਦਾਂ ਉਹਨੂੰ ਉੱਚਾ ਕਰਕੇ ਫਿਰ ਉਹਨੂੰ ਪ੍ਰੈਸ ਕਰਨਾ ਇੱਦਾਂ ਤਹਿ ਲਾ ਕੇ ਪ੍ਰੈਸ ਕਰੋ ਇਹ ਕੰਮ ਔਖਾ ਹੈ ਬੀਬੀਆਂ ਵੀ ਕਈਆਂ ਨੂੰ ਵਿਚਾਰੀਆਂ ਨੂੰ ਮਿਹਨਤ ਕਰਨੀ ਪੈਂਦੀ ਜਿਹੜੇ ਦਸਤਾਰਾਂ ਇੱਦਾਂ ਬੰਨਦੇ ਆ ਸਿੰਘ ਸਾਡੇ ਅਤੇ ਪਹਿਲਾ ਲੜ ਜਿਹੜਾ ਤੁਸੀਂ ਇੱਦਾਂ ਖੋਲ੍ਹ ਲਓ ਪਹਿਲਾ ਲੜ ਖੋਲ੍ਹ ਕੇ ਪਹਿਲਾ ਲੜ ਇੱਦਾਂ ਲਾਓ ਹੋ ਗਿਆ ਫਿਰ ਜੀ ਇੱਕ ਲੜ ਇੱਥੇ ਹੋਰ ਲਾ ਲਓ ਐਕਸਟਰਾ ਲੜ ਐਕਸਟਰਾ ਲੱਗ ਗਿਆ ਬਸ ਫਿਰ ਹੁਣ ਆ ਪਿੱਛੇ ਵਾਲੇ ਦੇਖੇ ਪਰ ਇਹਨੂੰ ਥੋੜ੍ਹਾ ਜਿਹਾ ਉੱਪਰੋਂ ਚੁੱਕੋ ਇਹ ਇਸ ਤਰ੍ਹਾਂ ਠੀਕ ਹੈ ਇੱਧਰਲੇ ਪਾਸੇ ਲਿਜਾ ਕੇ ਬਸ ਇੱਥੋਂ ਥੱਲੇ ਆਈ ਜਾਣੇ ਨੇ ਇੱਧਰ ਉੱਪਰ ਆਈ ਜਾਣੇ ਨੇ ਇੱਧਰੋਂ ਥੱਲੇ ਇੱਧਰੋਂ ਇੱਕ ਲੜ ਲੱਗਾ ਹੁਣ ਦੋ ਦੋ ਫਿਰ ਤਿੰਨ ਲੜ ਉਸ ਤੋਂ ਬਾਅਦ ਜੀ 4 ਇਹ ਇੱਥੇ ਇਹਨੂੰ ਬਸ ਧਿਆਨ 'ਚ ਰੱਖਿਓ 4 ਕਈ ਵਿਚਾਰੇ ਪੂਰੀ ਦਸਤਾਰ ਨੂੰ ਇਹਨੂੰ ਅੱਧ ਤੋਂ ਪਾੜਨਾ ਆ 4 ਅੱਧ 5 ਅਤੇ ਇੱਦਾਂ ਉਸ ਤੋਂ ਬਾਅਦ ਪਿੱਛੋਂ ਇੱਕ ਪਾਸੋਂ ਥੱਲੇ ਆ ਰਿਹਾ ਇੱਕ ਪਾਸੋਂ ਉੱਪਰ ਜਾ ਰਹੇ ਬਸ ਇੰਨਾ ਹੀ ਕੰਮ 6 7 ਤੇ 8 ਹੀ ਲੱਗਣਗੇ 9 ਮੈਨੂੰ ਲੱਗਦਾ ਪੂਰਾ ਨਹੀਂ ਆਏਗਾ ਆਪਾਂ ਨੂੰ ਲੜ ਕੱਟਣਾ ਪਏਗਾ 8 ਲੜ ਤੇ ਹੋ ਗਏ 8 ਲੜ ਵੈਸੇ 9 ਲੱਗ ਸਕਦੇ ਸੀ ਜੇ ਥੋੜ੍ਹਾ ਜਿਹਾ ਵੱਡਾ ਰੱਖ ਦੇ ਤਾਂ ਠੀਕ ਹੈ 8 ਵੀ ਬਹੁਤ ਇੱਥੇ ਲੱਗ ਗਿਆ ਥੋੜ੍ਹਾ ਜ਼ਿਆਦਾ ਕੁੱਟਿਆ ਗਿਆ ਲਓ ਇਹ ਬਹੁਤ ਸੌਖੀ ਔਰ ਛੇਤੀ ਵੱਜਦੀ ਹੈ ਦੱਸਦਾ ਬੜੀ ਜਲਦੀ ਸੈੱਟ ਆ ਜਾਂਦੀ ਕੋਈ ਇੱਦਾਂ ਬੰਨੀ ਬਣਾਈ ਨਾ ਦੁੱਖ ਖੰਡਾ ਹੁਣ ਜੇ ਲਾਉਣਾ ਹੋਵੇ ਖੰਡਾ ਲਾ ਲਓ ਇੱਦਾਂ ਦੇ ਖੰਡੇ ਬਾਜ਼ਾਰ 'ਚੋਂ ਵੀ ਮਿਲ ਜਾਂਦੇ 100 ਰੁਪਈਏ ਦਾ ਇੱਦਾਂ ਦਾ ਮਰਜ਼ੀ ਲਾ ਲਓ ਇਹ ਇੱਦਾਂ ਓਕੇ ਜੀ ਨਹੀਂ ਅਜੇ ਵੀ ਸੈੱਟ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ